ਦੋਸਤੋ ਅਕਲੇਵਾ ਸਕੂਲ ਆਫ ਗਾਈਡੈਂਸ ਦੇ ਇਸ ਸਤਰ ਵਿੱਚ ਆਪ ਸਭ ਦਾ ਸਵਾਗਤ ਹੈ ਪਿਛਲੀ ਵੀਡੀਓ ਵਿੱਚ ਅਸੀਂ ਇੰਡੋ-ਇਰਾਨੀਅਨ ਪਾਸ਼ਾ ਪਰਿਵਾਰ ਦੇ ਜਿਹੜੇ ਆਰੀਅਨ ਪੀਪਲ ਸਨ ਉਹਨਾਂ ਦੀ ਆਗਮਨ ਅਤੇ ਇੱਥੇ ਉਹਨਾਂ ਦੀ ਸੈਟਲਮੈਂਟ ਤੇ ਬੇਸਿਕ ਜੇ ਇਨਫੋਰਮੇਸ਼ਨ ਉਹਨਾਂ ਦੀ ਸੋਸਾਇਟੀ ਬਾਰੇ ਸ਼ੇਅਰ ਕੀਤੀ ਸੀ ਅੱਜ ਦਾ ਟਾਪਿਕ ਵੀ ਆਰੀਅਨ ਦੇ ਨਾਲ ਹੀ ਹੈ ਇਸ ਨੂੰ ਲੇਟਰ ਵੈਦਿਕ ਜਾਂ ਲੇਟਰ ਪੀਰੀਅਡ ਕਹਿ ਸਕਦੇ ਹਾਂ ਹੁਣ ਇਸ ਸਮੇਂ ਤੋਂ ਬਾਅਦ ਜene 1000 BC ਤੋਂ ਲੈ ਕੇ 520 BC ਤੱਕ ਦੇ ਸਮੇਂ ਵਿੱਚ ਇਹਨਾਂ ਲਈ ਅਸੀਂ ਟਰਮ ਯੂਜ਼ ਕਰਾਂਗੇ ਇੰਡੋ ਆਰੀਅਨ ਕਿਉਂਕਿ ਹੁਣ ਇੰਡੀਆ ਦੇ ਵਿੱਚ ਜਿਹੜੇ ਪਹਿਲੇ ਵਸਿੰਦੇ ਸਨ ਉਹ ਵੀ ਵਿੱਚ ਕੁਲ ਮਿਲ ਗਏ ਤੇ ਇੱਕ ਨਵੀਂ ਕਿਸਮ ਦੀ ਸੋਸਾਇਟੀ ਇੰਡੀਆ ਦੇ ਵਿੱਚ ਬਣੀ ਔਰ ਇਹ ਲੋਕ ਸप्तसिंधੂ ਤੋਂ ਲੈ ਕੇ ਹੁਣ ਇਹਨਾਂ ਨੇ ਗੰਗਾ ਦੇ ਮੈਦਾਨ ਤੱਕ ਆਪਣੀ ਸੈਟਲਮੈਂਟ ਕਾਇਮ ਕਰ ਲਈ ਹੈ ਔਰ ਇਸ ਪੀਰੀਅਡ ਦੇ ਵਿੱਚ ਹੁਣ ਇਹਨਾਂ ਦੇ ਕੋਲ ਪੂਰਾ ਇੰਡੋ ਗਗਨੇਟਿਕ ਪਲੈਨ ਪਲੈਨ ਜਿਹੜਾ ਹੈ ਯਾਨੀ ਕਿ ਇਸ ਇਸ ਮੈਦਾਨ ਵਿੱਚ ਜਿਹੜਾ ਸਬਤ ਸਿੰਧੂ ਤੋਂ ਵੀ ਪਾਰ ਹੋ ਕੇ ਗੰਗਾ ਤੱਕ ਦਾ ਮੈਦਾਨ ਹੈ ਉਸ ਵਿੱਚ ਇਹ ਵਸ ਗਏ ਇਸ ਦੌਰਾਨ ਜਦੋਂ ਦੋਸਤੋ ਪੀਸ ਹੁੰਦੀ ਹੈ ਨਾ ਕੋਈ ਅਰੂਣੀ ਜਾਂ ਬਰੂਣੀ ਤਾਕਤਾਂ ਜਿਹੜੀਆਂ ਕੋਈ ਡਿਸਟਰਬੈਂਸ ਪੈਦਾ ਨਹੀਂ ਹੁੰਦੀਆਂ ਕਰਦੀਆਂ ਤਾਂ ਸੋਸਾਇਟੀ ਦੀ ਓਵਰ ਆਲ ਡਵੈਲਪਮੈਂਟ ਹੁੰਦੀ ਹੈ ਸੋਸਾਇਟੀ ਆਪਣਾ ਇਕਨੋਮਿਕ ਫੀਲਡ ਦੇ ਵਿੱਚ ਵੀ ਡਵੈਲਪ ਕਰਦੀ ਹੈ ਸੋਸਾਇਟੀ ਸੋਸ਼ੀਅਲੀ ਵੀ ਡਵੈਲਪ ਕਰਦੀ ਹੈ ਸੋਸਾਇਟੀ ਵਿੱਚ ਪੋਲੀਟਿਕਲ ਇੰਸਟੀਟਿਊਸ਼ਨ ਜਿਹੜੀਆਂ ਹੈ ਜਿਆ ਉਹ ਵੀ ਡਵੈਲਪ ਕਰਦੀਆਂ ਔਰ ਸੋਸਾਇਟੀ ਦੇ ਵਿੱਚ ਇੰਟੈਲੈਕਚੁਅਲ ਡਵੈਲਪਮੈਂਟ ਵੀ ਹੁੰਦੀ ਹੈ ਇਸ ਪੀਰੀਅਡ ਦੇ ਦੌਰਾਨ ਸਾਨੂੰ ਬਹੁਤ ਸਾਰਾ ਲਿਟਰੇਚਰ ਮਿਲਦਾ ਹੈ ਤਿੰਨ ਵੇਦ ਮਿਲਦੇ ਨੇ আর ਉਸ ਤੋਂ ਇਲਾਵਾ ਉਪਨਿਸ਼ਦ ਬ੍ਰਾਹਮਨਸ ਅਰਯੰਕਾਸ ਔਰ ਇਸ ਕਿਸਮ ਦਾ ਸਿਮਰਤੀ ਅਤੇ ਸ਼ਰੂਤੀ ਲਿਟਰੇਚਰ ਮਿਲਦਾ ਹੈ ਇਹ ਲਿਟਰੇਚਰ ਸੀਨਾ ਬਸੀਨਾ ਔਰਲੀ ਅੱਗੇ ਤੁਰਦਾ ਆ। ਔਰ ਇੱਕ ਕੰਬਾਈਨ ਕੰਮ ਤੋਂ ਬਾਅਦ ਔਰ ਇਹਨਾਂ ਦੀ ਜਿਹੜੀ ਹਿਸਟਰੀ ਜਿਹੜੀ ਹੈਗੀ ਆ ਇਸ ਪੀਰੀਅਡ ਦੀ ਉਹ ਜਾਣ ਪਛਾਣ ਉਹਦੇ ਨਾਲ ਹੁੰਦੀ ਹੈ। ਇਹ ਕੋ ਸਾਡੇ ਕੋਲ ਬਹੁਤ ਵੱਡਾ ਸੋਰਸ ਹੈ ਇਸ ਸਮੇਂ। ਜਿਵੇਂ ਮੈਂ ਗੱਲ ਕੀਤੀ ਦੇ ਬ੍ਰਾਹਮਣਸ ਬ੍ਰਾਹਮਣਸ ਵੀ ਐਸੀ ਕਮੈਂਟਰੀ ਹੈ ਵੇਦਾਂ ਦੇ ਉੱਤੇ ਖਾਸ ਕਰਕੇ ਬ੍ਰਾਹਮਣ ਇਹਨਾਂ ਵਿੱਚ ਕਰਕੇ ਕਹਿੰਦੇ ਨੇ ਕਿ ਥੀਸ ਆਰ ਦਾ ਡਾਇਰੈਕਸ਼ਨਸ ਗਾਈਡਲਾਈਨਸ ਫਾਰ ði ਬ੍ਰਾਹਮਣਸ ਕਿ ਰਿਚੁਅਲਸ ਜਿਹੜੇ ਨੇ ਇਹਦੇ ਚ ਪ੍ਰੇਅਰ ਜਿਹੜੀਆਂ ਹੈਗੀਆਂ ਇੱਕ ਇਸ ਤਰ੍ਹਾਂ ਪਰਫਾਰਮ ਕਰਨੇ ਉਹਦੇ ਲਈ ਗਾਈਡਲਾਈਨਸ ਮਿਲੀਆਂ ਹੋਈਆਂ ਸਨ ਸੰਵੇਦ ਜਿਹੜਾ ਹੈ ਇਹ ਸਾਨੂੰ ਪਹਿਲੀ 뮤직 ਦੀ ਕਿਤਾਬ 뮤직 ਬਾਰੇ ਕਿਤਾਬ ਮਿਲਦੀ ਹੈ ਕਿਉਂਕਿ ਸੰਵੇਦ ਵਿੱਚ ਇਸ ਗੱਲ ਦੀ ਇਨਫੋਰਮੇਸ਼ਨ ਹੈ ਕਿ ਜੋ ਵੀ ਰਿਗਵੇਦ ਵਿੱਚ ਹਾਈਮ ਸੰਨ ਜੋ ਵੀ ਪ੍ਰੇਅਰਸ ਹਨ ਉਹਨਾਂ ਨੂੰ ਕਿਸ ਟੂਨ ਤੇ ਸੈੱਟ ਕਰਕੇ ਗਾਇਆ ਜਾਵੇਗਾ ਔਰ ਕਿਸ ਲਹਿਜੇ ਨਾਲ ਗਾਇਆ ਜਾਵੇਗਾ ਔਰ ਉਸ ਦੀ ਤਰਜ਼ ਕੀ ਹੋਏਗੀ ਇਹ ਸਾਮਵੇਦ ਵਿੱਚ ਸਾਨੂੰ ਮਿਲਦਾ ਹੈ ਇਸੇ ਤਰ੍ਹਾਂ ਯਜਰਵੇਦ ਹੈ ਯਜਰਵੇਦ ਵੀ ਸਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਇਸ ਸੋਸਾਇਟੀ ਬਾਰੇ ਪ੍ਰਦਾਨ ਕਰਦਾ ਹੈ ਅਥਰਵੈਦ ਅਥਰਵੈਦ ਵਿੱਚ ਸੰਦੂ ਚਾਮਸੈਂਟ ਸਪੈਲਸ ਜਨਨ ਕਿ ਜਾਦੂ ਟੂਣਾ ਇਸ ਕਿਸਮ ਦੀ ਜਿਹੜੀ ਇਨਫੋਰਮੇਸ਼ਨ ਹੈ ਇਹ ਕਹਾ ਜਾਂਦਾ ਹੈ ਕਿ ਅਥਰਵੈਦ ਦੇ ਵਿੱਚ ਇਸ ਕਰਾਂ ਦੇ ਚਾਮਸੈਂਟ ਸਪੈਲਸ ਜਿਹੜੇ ਨੇ ਉਹ ਨੌ ਨਾਰੀ ਜਾਂਦੇ ਆ ਔਰ ਇਹ ਬਹੁਤ ਵੱਡਾ ਗ੍ਰੰਥ ਜਿਹੜਾ ਹੈਗਾ ਇਹ ਨੌ ਨਾਰੀ ਜਾਂਦਾ ਇਹ ਜਾਮ ਸਮ ਸਪੈਲ ਸੀ ਜਿਹੇ ਸੀਗੇ ਜਾਂ ਇਹ ਜাদু ਟੂਣੇ ਜਿਹੜੇ ਸੀਗੇ ਇਹ ਡਿਸੀਜ਼ਸ ਲਈ ਇਹ ਕਹਿੰਦੇ ਨੇ ਜਿਵੇਂ ਕਿ ਬਾਹਰੀਆਂ ਬਲਾਵਾਂ ਨੂੰ ਠੀਕ ਕਰਨ ਲਈ ਇਹ ਮੰਤਰ ਜਿਹੜੇ ਹੈਗੇ ਵਰਤੇ ਜਾਂਦੇ ਸਨ ਉਸ ਤੋਂ ਬਾਅਦ ਬ੍ਰਾਹਮਣਸ ਦੀ ਮੈਂ ਪਹਿਲਾਂ ਗੱਲ ਕਰ ਚੁੱਕਾ ਫਿਰ ਅਰਯੰਕਸ ਅਰਯੰਕਲ ਦਾ ਮੀਨਾ ਫੋਰੈਸਟ ਤੋ ਫੋਰੈਸਟ ਦੇ ਵਿੱਚ ਮੁਨੀਆਂ ਦੁਆਰਾ ਕੁਝ ਕਈਆਂ ਹੋਈਆਂ ਗੱਲਾਂ ਉਹਨਾਂ ਦੇ ਵਿੱਚ ਦਰਜ ਹਨ ਔਰ ਇਸੇ ਤਰ੍ਹਾਂ ਅੱਗੇ ਆ ਵੀ ਹੈ ਉਪਨਿਸ਼ਦ ਹਰ ਵੇਦ ਦੇ ਨਾਲ ਅਰਿਆੰਕਸ ਅਟੈਚ ਹਨ ਹਰ ਵੇਦ ਨਾਲ ਬ੍ਰਾਹਮਣ ਅਟੈਚ ਹਨ ਔਰ ਹਰ ਵੇਦ ਦੇ ਨਾਲ ਦੇ ਸੌਰੀ ਵੱਖਰੇ ਜਿਹੜੇ ਹੈਗੇ ਨੇ ਉਹ ਉਪਨਿਸ਼ਦ ਲਿਖੇ ਗਏ ਇੱਕ ਗਿਣਤੀ ਵਿੱਚ 108 ਉਪਨਿਸ਼ਦ ਨੇ ਤੋ ਇਹਨਾਂ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਸੋਸਾਇਟੀ ਬਾਰੇ ਸੋਸਾਇਟੀ ਦੀ ਇਕਨੋਮੀ ਬਾਰੇ ਸੋਸਾਇਟੀ ਦੇ ਸੋਸ਼ਲ ਸੈਟਅਪ ਬਾਰੇ ਆਰ ਸੋਸਾਇਟੀ ਦੇ ਪੋਲਿਟਿਕਲ ਸੈਟ ਬਾਰੇ ਸਾਨੂੰ ਜੋ ਇਨਫੋਰਮੇਸ਼ਨ ਮਿਲਦੀ ਹੈ ਉਹ ਮੋٹے ਮੋٹے ਯਾ ਜਸੀਰ ਨਾਲ ਫਿਰ ਸਾਂਝੀ ਕਰਾਂਗੇ ਜਿੱਥੋਂ ਤੱਕ ਇਹਨਾਂ ਦੀ ਇਕਨੋਮੀ ਦਾ ਸਵਾਲ ਹੈ ਇਕਨੋਮੀ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਕਿ ਆਰ ਇਜ਼ ਆਇਰਨ ਨੂੰ ਵੇਦਾਂ ਦੇ ਵਿੱਚ ਆਯਾਸ ਜਾਂ ਸ਼ਾਮ ਜਿਹੜਾ ਹੈ ਉਹ ਕਰਕੇ ਬੁਲਾਇਆ ਗਿਆ ਉਹ ਕਰਕੇ ਲਿਖਿਆ ਗਿਆ ਔਰ ਆਇਰਨ ਤੇ ਘੋੜਾ ਇਹ ਦੋ ਐਸੇ ਇਨਸਟਰੂਮੈਂਟ ਹੋਏ ਨਾ ਦੇ ਗੋਲਡਨ ਨੰਨਲ ਇਹਨਾਂ ਨੇ ਸਾਫ ਜੰਗਲਾਂ ਨੂੰ ਕੀਤਾ ਔਰ ਜੰਗਲਾਂ ਨੂੰ ਸਾਫ ਕਰਕੇ ਜੰਗਲਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੀ ਰਾਹਸ਼ ਬਣਾਈ ਔਰ ਉੱਥੇ ਜਿਹੜਾ ਹੈਗਾ ਐਗਰੀਕਲਚਰ ਕਰਨੀ ਸ਼ੁਰੂ ਕੀਤੀ ਬਲੋਇੰਗ ਜਿਹੜੀ ਹੈ ਓਪੇਲੀਵਾਰ ਇਨਫੋਰਮੇਸ਼ਨ ਉਹਦੀ ਇੱਥੇ ਮਿਲਦੀ ਹੈ ਤੇ ਉਸ ਆਇਰਨ ਦੇ ਨਾਲ ਇਹਨਾਂ ਸੈਟਲਡ ਲਾਈਫ ਔਰ ਪੈਸਟੋਰਲ ਤੋਂ ਹੁਣ ਇਹਨਾਂ ਦੀ ਸੈਟਲਡ ਲਾਈਫ ਹੋ ਗਈ ਔਰ ਪਹਿਲਾਂ ਉਹਨਾਂ ਦੀ ਇਕਨੋਮੀ ਦਾ ਜਿਹੜਾ ਪੈਰਾਮੀਟਰ ਸੀ ਉਹ ਕਾਉ ਸੀਗਾ ਪਰ ਹੁਣ ਜਿਹੜਾ ਹੈਗਾ ਉਹ ਪੈਰਾਮੀਟਰ ਜਿਹੜਾ ਟੈਰੀਟਰੀ ਹੋ ਗਿਆ ਕਿ ਜਿਸ ਕੋਲ ਜਿਆਦਾ ਟੈਰੀਟਰੀ ਦੇਵਤੇਜੀ ਦਾ ਕਬਜ਼ਾ ਹੈ ਉਹ ਜਿਆਦਾ ਅਮੀਰ ਗਿਣਿਆ ਜਾਣ ਲੱਗਾ ਤਾਂ ਇਕਨੋਮੀ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਇਹ ਪਲੋਇੰਗ ਕਣਕ ਬਾਜਰਾ ਰਾਈਸ ਜਿਹਨੂੰ ਵਰੀਹੀ ਕਿਹਾ ਇਹਨਾਂ ਨੇ ਇਸ ਕਿਸਮ ਦੀਆਂ ਫਸਲਾਂ ਜਿਹੜੀਆਂ اگਾਉਦੇ ਸੰ। ਅਰ ਥੋੜਾ ਬਹੁਤ ਪ੍ਰੋਟੋਟਾਈਪ ਦੋ ਤਿੰਨ ਸ਼ਹਿਰਾਂ ਦਾ ਵਰਨਨ ਮਿਲਿਆ ਹੈ ਜਿਨ੍ਹਾਂ ਦੇ ਵਿੱਚੋਂ ਤੁਸੀਂ ਰੰਜੀ ਖੇੜਾ ਨੂੰ ਔਰ ਹਸਤਨਾਪੁਰ ਇਹਨਾਂ ਦਾ ਜ਼ਿਕਰ ਆਉਂਦਾ ਹੈ ਇਹ ਪ੍ਰੋਟੋਟਾਈਪ ਸ਼ਹਿਰ ਸਨ ਅਜੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਏ ਸਨ ਇਹਨਾਂ ਵਾਸਤੇ ਜਿਹੜਾ ਸ਼ਬਦ ਹੈ ਉਹ ਨਗਰ ਜੂਜ਼ ਕੀਤਾ ਗਿਆ ਜੇਕਰ ਇਹਨਾਂ ਦੀ ਪਾਲਿਟੀ ਬਾਰੇ ਗੱਲ ਕਰੀਏ ਤਾਂ ਇੰਦਰ ਦਾ ਪੋਲਿਟੀਕਲ ਸਿਸਟਮ ਜਿਉਂ-ਜਿਉਂ ਇਹ ਸੈੱਟ ਹੋ ਗਏ ਤਾਂ ਪੋਲਿਟੀਕਲ ਸਿਸਟਮ ਵੀ ਜਿਹੜਾ ਹੈ ਉਹ ਸੈਟਲ ਹੋਣ ਲੱਗ ਪਿਆ ਇੱਕ ਇੰਸਟੀਚਿਊਟਲਾਈਜ਼ਡ ਜਿਹੜੀ ਹੈਗੀ ਹੋਣ ਲੱਗ ਪਈ। ਰਾਸ਼ਟਰ टर्म ਜਿਹੜੀ ਹੈਗੀ ਆ ਉਹ ਯੂਜ਼ ਹੋਈ ਹੈ ਸਮੇਂ ਦੇ ਵਿੱਚ। ਔਰ ਰਾਸ਼ਟਰ ਦੇ ਉੱਤੇ ਜਿਹੜਾ ਇਹ ਕੈਰੇਕਟਰੀ ਕਿੰਨੀ ਹੈ ਕਿੰਨੀ ਨਹੀਂ ਹੈ ਲੇਕਿਨ ਰਾਸ਼ਟਰ टर्म ਟੈਰੇਟਰੀ ਵਾਸਤੇ ਯੂਜ਼ ਹੋਈਏ। ਔਰ ਜਿਹੜਾ ਵੀ ਉਹਦਾ ਕੰਟਰੋਲਰ ਹੁੰਦਾ ਸੀ ਜਾਂ ਰਾਜਾ ਹੁੰਦਾ ਸੀਗਾ ਉਹਦੀ ਕੁਆਲੀਫਿਕੇਸ਼ਨ ਫਿਜੀਕਲ ਤੌਰ ਦੇ ਉੱਤੇ ਔਰ ਉਹਦੀ ਜਿਹੜੀ ਜਿਹੜੀ ਕੁਆਲਿਟੀ ਹੈ ਉਹਦੀ ਯਾਨੀ ਕਿ ਬਾਹੂਬਲੀ ਟਾਈਪ ਉਹ ਹੋਣਾ ਚਾਹੀਦਾ ਸੀਗਾ ਤੇ ਉਸ ਨੂੰ ਉਹ ਲੋਕ ਆਪਣਾ ਰਾਜਾ ਮੰਨ ਲੈਂਦੇ ਸਨ ਰਾਜੇ ਦਾ ਤੇ ਪਰਜਾ ਦਾ ਆਪਸ ਵਿੱਚ ਕੀ ਰਿਸ਼ਤਾ ਸੀਗਾ ਰਾਜਾ ਉਹਨਾਂ ਨੂੰ ਪ੍ਰੋਟੈਕਟ ਕਰਦਾ ਸੀ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰਦਾ ਸੀ ਅਜੇ ਕੋਈ ਸਟੈਂਡਿੰਗ ਆਰਮੀ ਟਾਈਪ ਦੀ ਕੋਈ ਚੀਜ਼ ਨਹੀਂ ਹੈ ਪਰ ਲੋਕ ਉਹਨੂੰ ਜੈਸਿਕਾ ਲਈ ਕੋਈ ਟੈਕਸ ਹੈ ਟੈਕਸ ਨਹੀਂ ਹੈ ਉਹ ਵੌਲੰਟੇਰਲੀ ਜਿਹੜਾ ਸੀਗਾ ਆਫਰਿੰਗ ਸੀਗੀਆਂ ਜਿਹਦਾ ਨਾਮ ਜ਼ੂਜ਼ ਕੀਤਾ ਗਿਆ ਉੱਥੇ ਬਾਲੀ ਇਹ ਕਈ ਵਾਰ ਇਮਤਿਹਾਨ ਵਿੱਚ ਪੁੱਛ ਵੀ ਲੈਂਦੇ ਨੇ ਇਟ ਵਾਸ ਨਾਟ ਅ ਟੈਕਸ ਇਟ ਵਾਸ ਵੌਲੰਟੇਰਲੀ ਜਿਹੜੀਆਂ ਹਗੀਆਂ ਆਫਰਿੰਗਸ ਟੂ ਦਾ ਕਿੰਗ ਫਾਰ ਕੁਛ ਆ ਖਾਸ-ਖਾਸ ਮੌਕੇ ਦੇ ਉੱਤੇ ਤੋਂ ਇਹਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਰਾਜਾ ਕੁਝ ਸੈਕਰੀਫਾਈਸਸ ਜੜੀ ਹੈ ਗਿਆ ਕੁਝ ਜਗ ਜਿਹੜੇ ਨੇ ਉਹ ਕਹਾਤੀਗਾ ਤਿੰਨ ਕਿਸਮ ਦੇ ਜਗਸ ਦਾ ਵਰਣ ਹੈ ਇਹਨਾਂ ਵੇਦਾਂ ਦੇ ਵਿੱਚ ਔਰ ਉਸ ਯਗ ਦੇ ਟਾਈਮ ਦੇ ਉੱਤੇ ਰਾਜਾ ਬਹੁਤ ਜਿਹੜਾ ਸੈਕਰੀਫਾਈਸ ਕਰਨ ਤੋਂ ਬਾਅਦ ਜਿਹੜਾ ਬ੍ਰਾਹਮਣਾਂ ਨੂੰ ਸੀਗਾ ਉਹ ਬਹੁਤ ਦਾਨ ਦਸ਼ਨਾ ਦੇਂਦਾ ਸੀਗਾ ਰਾਜਸੂਏ ਚੱਕ ਰਾਜਸੂਏ ਚੱਕ ਉਦੋਂ ਹੁੰਦਾ ਸੀਗਾ ਜਦੋਂ ਕਿਸੇ ਰਾਜੇ ਦੀ ਕਰੋਨੇਸ਼ਨ ਹੁੰਦੀ ਸੀ ਜਦੋਂ ਤਾਜ ਪੋਸ਼ੀ ਹੁੰਦੀ ਸੀ ਔਰ ਇਸੇ ਤਰ੍ਹਾਂ ਬੜਾ ਇੰਪੋਰਟੈਂਟ ਚੱਕ ਰਾਜਾ ਕਰਦਾ ਸੀਗਾ ਉਹਨੂੰ ਅਸ਼ਵਮੇਧ ਚੱਕ ਕਹਿੰਦੇ ਸੀ ਅਸ਼ਵਮੇਧ ਦਾ ਘੋੜਾ ਉਹ ਜਗ ਕਿਸ ਤਰ੍ਹਾਂ ਹੁੰਦਾ ਸੀਗਾ ਕਿ ਉਹ ਸੈਕਰੀਫਾਈਸ ਹੁੰਦੇ ਸੀ ਘੋੜੇ ਦੀ ਵੀ ਉਹ ਜਗ ਇਸ ਤਰ੍ਹਾਂ ਹੁੰਦਾ ਸੀਗਾ ਕਿ ਉਹਦੇ ਨਾਲ ਰਾਜੇ ਦੀ ਜਿਹੜੇ ਵੌਲੰਟੀਅਰ ਜਾਂ ਰਾਜੇ ਦੇ ਨਾਲ ਸੰਬੰਧਿਤ ਲੋਕ ਨੇ ਉਸ ਘੋੜੇ ਨੂੰ ਜਿੰਨੀ ਜਿੰਨੀ ਜਗ੍ਹਾ ਦੇ ਵਿੱਚ ਉਹ ਚੱਕਰ ਕੱਟ ਆਉਂਦਾ ਸੀਗਾ ਤੇ ਉਨੀ ਜਗ੍ਹਾ ਸਮਝੀ ਜਾਂਦੀ ਸੀ ਕਿ ਇਹ ਰਾਜੇ ਦੇ ਅਧਿਕਾਰ ਖੇਤਰ ਚ ਹੈ ਜਨਨ ਹੀ ਕਿ ਉਸ ਘੋੜੇ ਨੂੰ ਜੇ ਜਦੋਂ ਕੋਈ ਰੋਕਦਾ ਸੀਗਾ ਤੇ ਉਹਦੇ ਨਾਲ ਰਾਜੇ ਨੂੰ ਸੰਗਰਾਮ ਕਰਨਾ ਪੈਂਦਾ ਸੀਗਾ ਇਸ ਤਰ੍ਹਾਂ ਦਾ ਜ਼ਿਕਰ ਮਹਾਭਾਰਤ ਵਿੱਚ ઋષਿ ਵਾਲਮੀਕ ਜੀ ਨੇ ਕੀਤਾ ਹੈ ਕਿ ਰਾਮਚੰਦਰ ਨੇ ਅਸ਼ਮੇਦ ਜਗਵੀ ਕੀਤਾ ਔਰ ਅਸ਼ਮੇਦ ਜਗ ਉਹਦਾ ਜਿਹੜਾ ਘੋੜਾ ਸੀਗਾ ਉਹਦੇ ਹੀ ਪੁੱਤਰਾਂ ਨੇ ਜਿਨ੍ਹਾਂ ਨੂੰ ਬਰਮਾਸ ਜਿਹਨਾਂ ਦੀ ਮਾਂ ਨੂੰ ਬਰਮਾਸ ਮਿਲਿਆ ਹੋਇਆ ਸੀਗਾ ਉਹਦੇ ਹੀ ਪੁੱਤਰਾਂ ਨੇ ਰੋਕ ਲਿਆ ਅਲ ਉੱਥੇ ਜਿਹੜਾ ਹੈਗਾ بڑا ਭਾਰੀ ਯੁੱਧ ਹੋਇਆ ਤੋਂ ਇਹ ਚੱਕਰ ਕਰਨ ਤੋਂ ਬਾਅਦ ਵਾਪਸ ਆ ਜਦੋਂ ਘੋੜਾ ਆ ਜਾਂਦਾ ਸੀ ਤਾਂ ਇਸ ਦੀ ਬਲੀ ਜਾਂ ਇੱਕ ਬਹੁਤ ਵੱਡਾ ਆ ਯੱਗ ਪਰਫਾਰਮ ਕੀਤਾ ਜਾਂਦਾ ਸੀਗਾ ਇਹ ਬਹੁਤ ਇੰਪੋਰਟੈਂਟ ਸੈਕਰੀਫਾਈਸ ਹੁੰਦੀ ਸੀਗੀ ਇੱਕ ਹੋਰ ਸੈਕਰੀਫਾਈਸ ਦਾ ਜੇ ਅਸੀਂ ਜ਼ਿਕਰ ਕਰੀਏ ਤੇ ਉਹ ਹੈਗੀ ਵਜਪਿਆ ਉਹ ਇੱਕ ਕਿਸਮ ਦੀ ਗੇਮ ਸੀਗੀ ਵਜਪਿਆ ਸੈਕਰੀਫਾਈਸ ਵੀ ਹੁੰਦੀ ਬਾਅਦ ਵਿੱਚ ਲੇਕਿਨ ਵਜਪਿਆ ਇੱਕ ਵਸ ਇਟ ਵਾਸ ਅ ਚੈਰੀਟੇ ਰੇਸ ਤੋ ਰਾਜੇ ਦਾ ਹੀ ਚੈਰੀਟ ਜਿਹੜਾ ਹੈਗਾ ਰਾਜੇ ਦਾ ਹੀ ਰੱਥ ਜਿਹੜਾ ਹੈਗਾ ਉਜਿਤ ਦਾਸੀ ਉਹਦੇ ਚ ਕਿਉਂਕਿ ਰਾਜੇ ਦੇ ਰੱਥ ਨੂੰ ਕੋਈ ਹਰਾ ਨਹੀਂ ਸੀ ਸਕਦਾ ਸੋ ਇਸ ਕਿਸਮ ਦੀਆਂ ਸੈਕਰੀਫਾਈਸਰਸ ਜਿਹੜੀਆਂ ਹੈਗੀਆਂ ਇਸ ਕਿਸਮ ਦੀਆਂ ਜਿਹੜੀਆਂ ਥੇਡਾਂ ਨੇ ਉਹ ਸ਼ੁਰੂ ਹੋ ਗਈਆਂ ਇਸ ਪੀਰੀਅਡ ਦੇ ਵਿੱਚ ਔਰ ਇੱਕ ਰਾਜਾ ਜਿਹੜਾ ਹੈਗਾ ਆ ਉਹ ਸਥਾਈ ਕਿੰਗਸ਼ਿਪ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਗਈ ਤੋ ਇਸ ਤੋਂ ਨਵਾਂ ਪੋਲਿਟੀਕਲ ਫਲੀਟ ਦੇ ਵਿੱਚ ਇੱਕ ਅ ਬੰਦੇ ਦਾ ਜ਼ਿਕਰ ਆਉਂਦਾ ਹੈ ਇੱਕ ਆਫੀਸਰ ਟਾਈਪ ਜਿਕਰ ਆਉਂਦਾ ਜਿਹਦਾ ਨਾਮ ਸੰਘਿਰਤੀ ਤੋਂ ਸੰਘਿਰਤੀ ਉਹ ਸੀਗਾ ਜਿਹੜਾ ਉਹ ਕਲੈਕਸ਼ਨ ਕਰਦਾ ਸੀ ਬਾਲੀ ਦੀ ਇਹ ਇਹ ਕਹ ਲੋ ਕਿ ਟੈਕਸ ਕਲੈਕਟਰ ਸੀਗਾ ਤੋਂ ਇਸ ਕਰਕੇ ਉਹ ਜਿਹੜਾ ਹੈਗਾ ਰਾਜਾ ਹੁਣ ਇੱਕ ਟੈਕਸ ਦੇ ਰੂਪ ਵਿੱਚ ਵਲੰਟਰੀ ਆਫਰਿੰਗ ਦੇ ਰੂਪ ਵਿੱਚ ਉਹਦੇ ਕੋਲ ਧਨ ਇਕੱਠਾ ਹੋਣਾ ਸ਼ੁਰੂ ਹੋ ਗਿਆ ਜਿਸ ਕਿਸਮ ਦਾ ਵੀ ਇਹ ਧਨ ਸੀਗਾ ਚਾਹੇ ਉਹ ਫਸਲ ਸੀ ਚਾਹੇ ਉਹ ਹੋਰ ਕੋਈ ਕਿਸਮ ਦਾ ਆਫਰਿੰਗ ਸੀ ਵੀ ਤੋਂ ਸੋਸ਼ਲ ਲਾਈਫ ਦੇ ਵਿੱਚ ਹੁਣ ਡਿਵੀਜ਼ਨ ਜਿਹੜੀ ਹੈਗੀ ਹੈ ਇਸ ਸਮੇਂ ਬਿਲਕੁਲ ਕਲੀਅਰ ਕੱਟ ਹੋ ਗਈ ਉਹ ਜਿਹੜਾ ਬਰਵਾਂ ਦਾ ਮੁਖ ਬਰਮੰਦਿਆਂ ਬਾਹਾ ਹਾਂਜੀ ਬਰਹੋਂਦਾ ਜਿਹੜਾ ਧੜੇ ਆ ਔਰ ਬਰਮੰਦ ਦੇ ਪੈਰ ਜਿਹੜੇ ਹੈਗੇ ਆ ਉਹ ਕਨਸੈਪਟ ਸ਼ੁਰੂ ਹੋ ਗਿਆ ਜਿਹਦੇ ਵਿੱਚ ਬ੍ਰਾਹਮਣ ਦਾ ਰੁਤਬਾ ਜਿਹੜਾ ਹੈਗਾ ਉਹ ਹਾਈਐਸਟ ਮੰਨਿਆ ਜਾਣ ਲੱਗਾ ਕਸ਼ਤਰੀ ਵੈਸ਼ শূਦਰ ਬਿਲਕੁਲ ਇੱਕ ਕਲੀਅਰ ਕਟ ਜਿਹੜੀ ਹੈਗੀ ਆ ਉਹ ਮਿਲ ਜਾਂਦੀ ਆ ਸਾਨੂੰ ਵੇਦਾਂ ਦੇ ਖਾਸ ਕਰਕੇ ਇਹ ਜਿਹੜਾ ਬ੍ਰਾਹਮਣ ਸ ਹੈ ਅਤਰਿਆ ਬ੍ਰਾਹਮਣ ਕਈ ਕਿਸਮ ਦੇ ਬ੍ਰਾਹਮਣ ਸ ਅਟਾਈਸ਼ਨ ਪਰ ਇਸ ਜਿਹੜੀ ਹੈਗੀ ਆ ਯਾਤੀ ਪ੍ਰਥਾ ਦਾ ਜਿਹੜਾ ਪਹਿਲਾ ਸਾਲ ਆ ਸਾਨੂੰ ਮਿਲਦਾ ਆ ਉਹ ਅਤਰਿਆ ਬ੍ਰਾਹਮਣ ਚ ਮਿਲਦਾ ਹੈ ਰਾਜੇ ਨੂੰ ਜਿਹੜੇ ਟ੍ਰਿਬਿਊਟਸ ਪੇ ਕੀਤੇ ਜਾਂਦੇ ਸੀਗੇ ਰਾਜਾ ਉਹਦੇ ਵਿੱਚੋਂ ਸਰਵਸਟੂ ਲੋਕਨ ਦੰਦਾਸਿਕਾ ਸੋ ਇਹਦੇ ਤੋਂ ਇਲਾਵਾ ਗੋਤਰ ਦਾ ਕਨਸੈਪਟ ਵੀ ਸੋਸਾਇਟੀ ਦੇ ਵਿੱਚ ਆ ਗਿਆ ਸੀ ਲੋਕੇ ਗੋਤਰ ਦੇ ਨਾਂ ਤੋਂ ਮੇ ਜਾਣੇ ਜਾਂਦੇ ਸਨ ਔਰ ਜਿਹੜੀ ਮੈਰਿਜ ਹੈ ਉਹ ਐਕਸੋਗੇਮੀ ਸੀ ਐਕਸੋਗੇਮੀ ਮੀਨਸ ਗੋਤਰ ਦਾ ਗੋਤਰ ਵਿੱਚ ਵਿਆਹ ਨਹੀਂ ਹੋ ਸਕਦਾ ਨਹੀਂ ਕਿ ਕਹੇ ਸੀ ਇੱਕ ਗੋਤਰ ਦਾ ਮੰਨ ਲਓ ਸਿੱਧੂ ਹੈ ਸਿੱਧੂ ਗੋਤਰ ਜਿਹੜੀ ਹੈਗੀ ਆ ਉਹ ਸਿੱਧੂਆਂ ਦੇ ਨਾਲ ਵਿਆਹ ਨਹੀਂ ਸੀ ਕਰਾਉਂਦੇ ਇਹਨੂੰ ਕਹ ਦਿੰਦੇ ਆ ਐਕਸੋਗੇਨੀ ਆਸ਼ਰਮ ਸਿਸਟਮ ਜਿਹੜਾ ਹੈ ਉਹ ਬਿਲਕੁਲ ਐਸਟੈਬਲਿਸ਼ ਹੋ ਗਿਆ ਸੀਗਾ ਸੋਸਾਇਟੀ ਦੇ ਵਿੱਚ ਆਪਾਂ ਪਤਾ ਹੈ ਕਿ ਚਾਰ ਆਸ਼ਰਮ ਨੇ ਉਹ ਇੱਕ ਪ੍ਰੈਕਟਿਸ ਜਿਹੜੀ ਹੈਗੀ ਉਹਦੀ ਸ਼ੁਰੂ ਹੋ ਗਈ ਸੀ ਜਿਵੇਂ ਚਾਰ ਆਸ਼ਰਮ ਆ ਫਸਟ ਆਸ਼ਰਮ ਜਿਹੜਾ ਹੈਗਾ ਉਹਨੂੰ ਅਸੀਂ ਬ੍ਰਹਮਚਾਰੀਆ ਬ੍ਰਹਮਚਾਰੀਆ 25 ਸਾਲ ਦੀ ਉਮਰ ਤੱਕ ਬ੍ਰਹਮਚਾਰੀਆ ਆਸ਼ਰਮ ਦੇ ਵਿੱਚ education दी पढ़ाई लिखाई वो ब्रह्मचर्य टाइम ਦੇ ਵਿੱਚ ਨਿਭੜ ਜਾਂਦੀ ਸੀਗੀ ਔਰ ਉਸ ਤੋਂ ਬਾਅਦ ਗ੍ਰਿਸਤ ਆਸ਼ਰਮ ਹੈ 25 ਸਾਲ ਦੀ ਉਮਰ ਜਾਂ 25 ਸਾਲ ਦੀ ਉਮਰ ਤੋਂ 30 ਜਿਹੜਾ ਹੈ ਉਸ ਤੋਂ ਬਾਅਦ ਉਹ ਵਿਅਕਤੀ ਜਿਹੜਾ ਹੈ ਮੈਰਿਜ ਮੈਰਿਜ ਲਾਈਫ ਆਪਣੀ ਬਤੀਤ ਕਰਦਾ ਸੀਗਾ ਔਰ ਗ੍ਰਿਸਤ ਆਸ਼ਰਮ ਤੋਂ ਬਾਅਦ ਜਾ ਆਸ਼ਰਮ ਹੈ ਉਹਨੂੰ ਵਨ ਪ੍ਰਸਤ ਆਸ਼ਰਮ ਕਹਿੰਦੇ ਆ ਵਨ ਪ੍ਰਸਤ ਆਸ਼ਰਮ ਦੇ ਵਿੱਚ ਫਿਰ ਗਿਸ਼ਤ ਦਾ ਕੰਮ ਕਰ ਕਰਕੇ ਫਿਰ ਅਬਦਨ ਨਾਮ ਜਿਹੜਾ ਹੈਗਾ ਜਾਂ ਪਰਮਾਤਮਾ ਦੇ ਲੇਖੇ ਹੋ ਜਿੰਦਗੀ ਲੱਗਦੀ ਹੈ ਔਰ ਇਸ ਤੋਂ ਬਾਅਦ ਇਹ ਹੈ ਲਾਸਟ ਸੰਨਿਆਸ ਤੋਂ ਉਤ ਬਾਅਦ ਫਿਰ ਆਦਮੀ ਇਸ ਦੁਨੀਆ ਤੋਂ ਸੰਨਿਆਸ ਲੈ ਜਾਂਦਾ ਹੈ ਔਰ ਇਹ ਦੁਨੀਆ ਦੇ ਨਾਲ ਉਹਦਾ ਕੋਈ ਤਲਕ ਵਾਸਤਾ ਨਹੀਂ ਤੇ ਉਹ ਜੰਗਲਾਂ ਦੇ ਵਿੱਚ ਚਲੇ ਜਾਂਦੇ ਗਾਡਸ ਜਿਹੜੇ ਨੇ ਅਜੇ ਵੀ ਇੰਦਰ ਤੇ ਅਗਨੀ ਰੁਦਰ ਇਹ ਪ੍ਰੋਮਿਨੈਂਟ ਗਾਡਸ ਨੇ ਉੱਡਾ ਦੇ। ਔਰ ਇਨ ਗਾਡਸ ਨੂੰ ਇਹਨਾਂ ਡੀਟੀਜ਼ ਨੂੰ ਖੁਸ਼ ਕਰਨ ਲਈ ਜਜਮਾਨ ਵਰਡ ਜਿਹੜਾ ਹੈ ਉਜੂਜ ਕੀਤਾ ਗਿਆ ਜਜਮਾਨ ਉਹ ਬੰਦਾ ਆ ਜਿਹੜਾ ਆਫਰਿੰਗ ਦੇ ਰਿਹਾ ਹੈ ਉਸ ਨੂੰ ਜਜਮਾਨ ਕਹਿੰਦੇ ਸਨ ਜਿਹੜਾ ਜਿਹੜਾ ਪਰਫਾਰਮ ਪਰਫਾਰਮਰ ਆ ਉਹਨੂੰ ਜਜਮਾਨ ਕਹਿੰਦੇ ਸਨ ਜਿਹੜਾ ਜੱਗ ਜਿਹੜਾ ਹੈਗਾ ਉਹਨੂੰ ਪਰਫਾਰਮ ਕਰ ਰਿਹਾ ਹੈ ਸਿਵਰਡ ਜਜਮਾਨ ਤੇ ਨਹੀਂ ਕਹਿੰਦੇ ਜੱਜ ਜੱਗਿਆ ਪਰਫਾਰਮ ਕਰਨ ਵਾਲਾ